ਨਾਲ ਸਹਿਮਤ ਤਾਂ ਜਾਖੜ ਸਾਹਿਬ ਵੀ ਨੇ। ਜਾਖੜ ਸਾਹਿਬ ਕੀ ਲਿਖ ਕੇ ਦੇ ਕੇ ਆ ਰਹੇ ਚੋਣ ਕਮਿਸ਼ਨ ਨੂੰ ਕਿ ਜੀ ਸਾਡਾ ਨਾਲ ਪੁਲਿਸ ਦਾ ਪ੍ਰਬੰਧ ਪੂਰਾ ਕਰੋ, ਸਾਨੂੰ ਵੋਟਾਂ ਨਹੀਂ ਮੰਗਣ। ਕੌਣ ਰੋਕ ਰਿਹਾ ਭਾਈ? ਜਿਨ੍ਹਾਂ ਨੂੰ ਤੁਸੀਂ ਦਿੱਲੀ ਜਾਣ ਤੋਂ ਰੋਕਦੇ ਸੀ ਉਹ ਤੁਹਾਨੂੰ ਪਿੰਡ ਆਉਣ ਤੋਂ ਰੋਕਦੇ। ਇਹ ਯਾਦ ਤਾਂ ਚੋਣਾਂ ਤੋਂ ਭੱਜਣ ਦੀ ਤਿਆਰੀ ਹੋ ਗਈ ਹੈ ਤੇ ਯਾਦ ਚੋਣਾਂ ਗਾਹ ਬਣਾਉਣ ਪਾਉਣ ਦੀ ਤਿਆਰੀ ਹੋ ਰਹੀ ਹੈ, ਕਿਉਂਕਿ ਭਾਜਪਾ ਹੁਣ ਘਬਰਾਹਟ ਚ ਆ। ਔਰ ਦਿਲ ਮੈਨੂੰ ਵੀ ਪਤਾ, ਮੈਂ ਬਾਹਰ ਦੀਆਂ ਤਾਂ ਨਹੀਂ ਗੱਲ ਕਰਦਾ, ਮਗਰ ਜਾਖੜ ਸਾਹਿਬ ਦੀਆਂ ਦਿਲ ਦੀਆਂ ਮੈਂ ਵੀ ਸਮਝਦਾ। ਜਦੋਂ ਇਹਨਾਂ ਦੇ ਉਲਟ ਜਿਹੜੇ MLA ਬਣੇ ਸਨ ਅਰੁਣ ਨਾਰੰਗ ਜੀ, ਉਹਨਾਂ ਦੇ ਉਸ ਵੇਲੇ ਭਾਜਪਾ ਸੀ, ਉਹਨਾਂ ਦੇ ਜਦੋਂ ਉਹ ਕੱਪੜੇ ਪਾੜਦੇ ਗਏ ਸੀ ਤੇ ਜਾਖੜ ਸਾਹਿਬ ਨੇ ਉਸ ਫੈਸਲੇ ਨੂੰ ਠੀਕ ਠਹਿਰਾਇਆ ਸੀ ਕਿ ਲੋਕਾਂ ਦਾ ਗੁੱਸਾ ਤੇ ਜਾਖੜ ਸਾਹਿਬ ਹੁਣ ਵੀ ਭੁੱਲਦੇ। ਹੁਣ ਫਰਕ ਇੰਨਾ ਕਿ ਉਹ ਤਾਂ ਫੈਸਲਾ ਸਹੀ ਕਰ ਗਏ, ਤੁਸੀਂ ਫੈਸਲਾ ਗਲਤ ਕਰ ਗਿਆ, ਹੁਣ ਪੁਲਿਸ ਵਿਚਾਰੀ ਕੀ ਕਰੇ। ਸਾਡੇ ਵੀ ਆਪਣਾ ਮਲੂਕਾ ਪਰਿਵਾਰ ਇੰਨੇ ਚਿਰ ਤੋਂ ਤੁਹਾਡੇ ਨਾਲ ਜੁੜਿਆ ਸੀ, ਉਹਨਾਂ ਨੂੰ ਕੀ ਅਜਿਹਾ ਹੋਇਆ ਵੀ ਜਿਹੜਾ ਉਹ ਅਚਾਨਕ ਸਾਡੇ ਦੇ ਅਜੇ ਮਲੂਕਾ ਸਾਹਿਬ ਦੀ ਸਥਿਤੀ ਆ, ਕੋਈ ਸਪਸ਼ਟ ਨਹੀਂ ਕਰ ਰਹੇ ਕਿ ਉਹ ਵੀ ਸਾਇਲੈਂਟ ਨੇ। ਚਲੋ ਤੁਹਾਨੂੰ ਅਸਲ ਚ ਪਤਾ ਨਹੀਂ ਤੁਸੀਂ ਬੋਲ ਕੇ ਉਹਨਾਂ ਦੇ ਮੂੰਹ ਕੀ ਸੁਣਨਾ ਚਾਹੁੰਦੇ। ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ ਜਿਹੜਾ ਮੇਰਾ ਵਿਰੋਧ ਹੋ ਰਿਹਾ ਹੈ ਉਹ ਅਕਾਲੀ ਦਲ ਕਰਵਾ ਰਿਹਾ ਜੀ। ਚਲੋ ਇਹ ਇਲਜ਼ਾਮ ਲਾਉਣਗੇ ਨਾ, ਸਾਰੀ ਜਗ੍ਹਾ ਹੀ ਵਿਰੋਧ ਹੋ ਰਿਹਾ, ਕਿੱਥੇ ਵਿਰੋਧ ਨਹੀਂ ਹੋ ਰਿਹਾ ਉਹਨਾਂ ਦਾ? ਮਤਲਬ ਹੁਣ ਤਾਂ ਉਹ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਦੇ ਆਏ, ਪਿੰਡ ਚ ਤਾਂ ਜਾਂਦਾ ਕੋਈ ਨੀ, ਇਹਨਾਂ ਕੋਲੇ ਤਾਂ ਹੈ ਜਾਂਦੇ, ਜਿਵੇਂ ਸੈਰ ਸਪਾਟੇ ਲਈ ਚੱਲੇ ਇੱਕ ਦਿਨ ਜਾਂਦੇ ਪਿਕਨਿਕ ਵਾਸਤੇ, ਮੁੜ ਕੇ ਫਿਰ 20 ਦਿਨ ਮੂੰਹ ਨਹੀਂ ਕਰਦੇ। ਇਸ ਲਈ ਭੈਣ ਜੀ ਨੂੰ ਹਰਾਉਣ ਵਾਸਤੇ ਪੰਜਾਬ ਦੇ ਏਕਨਾਥ ਸ਼ਿੰਦੇ ਭਗਵੰਤ ਮਾਨ ਨਾਲ ਮੋਦੀ ਸਾਹਿਬ ਦੀ ਭਾਜਪਾ ਦੀ ਇੱਕ ਬੜੀ ਵੱਡੀ ਸੈਟਿੰਗ ਹੈ ਕਿ ਜੋ ਮਰਜ਼ੀ ਕਰੋ, ਜਿਹੜੀ ਮੈਨੂੰ ਸਭ ਤੋਂ ਵੱਧ ਸਵਾਲ ਪਾਰਲੀਮੈਂਟ ਤੇ ਕਰਦੀ ਹੈ ਉਹ ਆਵਾਜ਼ ਨੂੰ ਦੱਬ ਲਓ, ਔਰ ਚਾਹੇ ਇਸ ਗੇਮ 'ਚ ਭਾਜਪਾ ਆਪ ਕਾਂਗਰਸ ਰਲ ਕੇ ਖੇਡ ਰਹੇ ਆ ਕਿ ਇਸ ਭੈਣ ਨੇ ਕਿਸੇ ਦੇ ਕਹੇ ਤੇ ਕੰਪਰੋਮਾਈਜ਼ ਨਹੀਂ ਹੋਣਾ, ਨਾ ਇਹਨੂੰ ਕੋਈ ਡਰਾ ਸਕਦਾ, ਇਹਨੂੰ ਵੋਟਾਂ ਦੇ ਤਹਿਤ ਫੇਲ ਕਰ ਦਿਓ, ਉਹ ਸਾਰੀ ਜਿਹੜੀ ਉਹਨਾਂ ਦੀ ਪਾਲਿਸੀ ਹੈ ਨੰਗੀ ਹੋ ਰਹੀ ਔਰ ਫੇਲ ਹੋ ਰਹੀ। ਔਰ ਮੈਨੂੰ ਇਹ ਬੜਾ ਮਾਣ ਹੈ, ਮੈਨੂੰ ਇਹ ਵਿਸ਼ਵਾਸ ਹੈ ਕਿ ਠੀਕ ਹੈ ਬੱਚੇ ਬੱਚੀਆਂ ਸਰਕਾਰ ਯੋਗ ਨੇ ਬੜੀਆਂ ਗਲਤੀਆਂ ਕਰ ਜਾਂਦੇ ਆ, ਮਗਰ ਮਲੂਕਾ ਸਾਹਿਬ ਨੂੰ ਬੜਾ ਵੱਡਾ ਮਾਣ ਪੰਥ ਨੇ ਦਿੱਤਾ, ਔਰ ਉਹ ਸ਼ਾਇਦ ਮਜਬੂਰੀ ਹੋ ਸਕਦੀ ਹੈ ਪਰਿਵਾਰ ਦੀ, ਮਗਰ ਦਿਲੋਂ ਉਹ ਜ਼ਰੂਰ ਉਹਨਾਂ ਦੀ ਅੰਦਰਲੀ ਰੂਹ ਇਹੀ ਅਰਦਾਸ ਕਰਦੀ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿੱਤੇ, ਔਰ ਮੈਨੂੰ ਪਤਾ ਉਹਨਾਂ ਦੀ ਵੋਟ ਤੱਕੜੀ ਨੂੰ ਪਊਗੀ, ਹੋਰ ਸੱਜੇ ਖੱਬੇ ਨਹੀਂ। ਠੀਕ ਹੈ ਸਾਹਿਬ, ਸੁੱਖ ਵਿਲਾਸ ਦਾ ਦੁਆਰ ਹੈ ਜਿਹੜੀ ਚਰਚਾ ਹੋਈ। So, he's, I guess he's lost one of his sons and his situation is what it is, and I personally believe that he also feels that for the betterment of Punjab and for the development of Punjab, it's better that Biba Harsimrat Kaur Badal wins. ਕਦੇ ਪਰਿਵਾਰਾਂ ਦੀ ਇਹ ਜੀ ਮਜਬੂਰੀ ਹੋ ਜਾਂਦੀ ਹੈ, ਪਰ ਤੁਸੀਂ ਕਈ ਬੰਦੇ ਇਹੋ ਜਿਹੇ ਹੋਣਗੇ ਜਿਹੜੇ ਘਰ 'ਚ ਬਹਿ ਕੇ ਵੀ ਸੁੱਖ ਤਾਂ ਭੈਣ ਜੀ ਦੀ ਮੰਗਦੇ ਹੋ। ਸੋ ਮੈਨੂੰ ਪੂਰੀ ਮੈਨੂੰ ਮਲੂਕਾ ਸਾਹਿਬ 'ਤੇ ਮਾਣ ਵੀ ਹੈ ਔਰ ਆਸ ਵੀ ਮੈਂ ਰੱਖਦਾ ਕਿ ਜਿਸ ਪੰਥ ਨੇ ਇੰਨਾ ਵੱਡਾ ਮਾਣ ਉਹਨਾਂ ਨੂੰ ਬਖਸ਼ਿਆ, ਉਸ ਪੰਥ ਦੀ ਉਸ ਪੰਜਾਬ ਦੀ ਗੱਲ ਕਰਨਗੇ ਜਿਸ ਪੰਜਾਬ ਦੀ ਕਿਸਾਨੀ ਨਾਲ, ਖੇਤ ਮਜ਼ਦੂਰੀ ਨਾਲ ਉਹ ਜੁੜੇ ਹੈ।
ਬਾਕੀ ਦੇਖੋ ਦੇਰ ਆਰ ਆਈ ਥਿੰਕ 16 ਔਰ 18 ਲੱਖ ਵੋਟਰਸ ਇਨ ਬਠਿੰਡਾ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਵਿਲ ਆਲ ਡਿਸਾਈਡ ਐਂਡ ਦੇ ਆਲ ਸਭ ਨੂੰ ਪਤਾ ਕਿ ਜੇ ਸਭ ਤੋਂ ਕਾਬਲ ਵਕੀਲ ਕੋਈ ਇਹ ਬਠਿੰਡੇ ਦਾ ਹੈ ਵਿਦ ਜ਼ੀਰੋ ਕੰਪਰੋਮਾਈਜ਼ ਐਂਡ ਜ਼ੀਰੋ ਟੋਲਰੈਂਸ ਟੂਵਰਡਸ ਦੀ ਹਾਈ ਹੈਂਡਿਡ ਗਵਰਨਮੈਂਟ ਆਫ ਬੀਜੇਪੀ ਉਹ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤੁਸੀਂ ਜਿੰਨੇ ਇੱਥੇ ਪੱਤਰਕਾਰ ਬੈਠੇ ਹੋ ਆਪਦੀ ਜ਼ਿੰਦਗੀ ਚ ਝਾਤੀ ਮਾਰ ਕੇ ਵੇਖਿਓ ਕਿ ਕਿਹੜਾ ਮੰਤਰੀ ਹੋਇਆ ਕਿਸਾਨੀ ਮੁੱਦੇ ਤੇ ਜਿਹਨੇ ਪਾਰਲੀਮੈਂਟ ਦੇ ਵਿੱਚ ਹਾਊਸ ਤੇ ਖਲੋ ਕੇ ਐਸ ਵਜ਼ੀਰੀ ਤੋਂ ਅਸਤੀਫਾ ਦਿੱਤਾ ਵਿਚ ਚੇਂਜ ਦਾ ਟੋਟਲ ਡਾਇਨਾਮਿਕਸ ਜੇ ਮੋਦੀ ਸਾਹਿਬ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਜਾਣਾ ਪਿਆ ਪਹਿਲਾ ਝਟਕਾ ਉਹ ਵੱਜਿਆ ਤੇ ਠੀਕ ਹੈ ਵਿਰੋਧ ਹੁੰਦਾ ਸੀ ਕਿਸਾਨ ਜਥੇਬੰਦੀ ਆ ਕਿਸਾਨ ਲੋਕ ਆਪਦਾ ਸੰਘਰਸ਼ ਲੜ ਰਹੇ ਸੀ ਮਗਰ ਪਾਰਲੀਮੈਂਟ ਦੇ ਅੰਦਰ ਜੇ ਕਿਸੇ ਨੇ ਸਭ ਤੋਂ ਵੱਡਾ ਝਟਕਾ ਦਿੱਤਾ ਲੋਕਾਂ ਦੇ ਹੱਕ ਦਾ ਫੈਸਲਾ ਲਿਆ ਬੀਬਾ ਹਰਸਿਮਰਤ ਕੌਰ ਬਾਦਲ ਸੀ ਸੋ ਉਹਨਾਂ ਦੇ ਅੱਖਾਂ ਚ ਬੀਬਾ ਹਰਸਿਮਰਤ ਕੌਰ ਬਾਦਲ ਵਰਗਦੇ ਨੇ ਆ ਏਮਸ ਦਾ ਪ੍ਰੋਗਰਾਮ ਸੀ ਇੱਥੇ ਵੀ ਤੁਸੀਂ ਵੇਖਿਆ ਸੀਗਾ ਭਾਜਪਾ ਦੇ 100 ਬੇਸ਼ਰਮ ਜੇ ਹੁੰਦੇ ਆ ਜੀ ਕਈ ਮਤਲਬ ਵਿਰੋਧ ਕਰੇ ਦੱਸੋ ਕਿਸਾਨੀ ਦੀ ਕੋਈ ਗੱਲ ਕਰੇ ਕੋਈ 750 ਇੱਕ ਵਾਰੀ ਸ਼ਹੀਦ ਹੋ ਗਿਆ 250 ਇੱਕ ਵਾਰੀ ਉਹ ਕੋਈ ਗੱਲ ਕਰੇ ਤੁਸੀਂ ਤਾਂ ਨਾਲ ਹਾਂ ਚ ਹਾਂ ਮਿਲਾਓ ਐਡੀ ਚਮਚਾਗਿਰੀ ਐਡੀ ਕਮਜ਼ੋਰੀ ਜੇ ਤੁਸੀਂ ਆਪਦੇ ਭਰਾ ਭੈਣਾਂ ਦੀ ਗੱਲ ਨਹੀਂ ਕਰ ਸਕਦੇ ਹੋਰ ਤੁਸੀਂ ਕੀ ਕਰਨਾ ਮੋਦੀ ਨੂੰ ਖੁਸ਼ ਕਰਿਆ ਰਾਜ ਸਭਾ ਮਿਲ ਜੂ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਮਿਲੂ ਇਸ ਤਰ੍ਹਾਂ ਜਿਹੜਾ ਭਗਵੰਤ ਮਾਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਫੂਕ ਮਰਵਾਇਆ ਕਰੋ ਇਹਨੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਫੀ ਬੋਲ ਰਿਹਾ ਫੇਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਵਾਲ ਜਿਹਦੀ ਗੱਲ ਜਦੋਂ ਮੂੰਹ ਬੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੂਤਲ ਦੀ ਨਹੀਂ ਸਮਝ ਆਉਂਦੀ ਉਸ ਤਰ੍ਹਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਸੀ ਔਰ ਸੁੱਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮਹਿਕਮੇ ਖਾਲੀ ਕਰਾ ਮੈਂ ਫੇਰ ਕਹਿੰਦਾ ਸੁੱਖ ਵਿਲਾਸ ਔਰ ਐਨੀ ਵਿਲਾਸ ਇਜ਼ ਨਾਟ ਅਬਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨੀ ਮਗਰ ਇਹ ਜਿਹੜਾ ਡਰਾਮਾ ਹੈ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਰਲ ਕੇ ਖੇਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ MSP ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਇਕੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜਿਹੜਾ ਕਹਿੰਦਾ ਸੀ ਗੋਰੇ ਗੋਰੀਆਂ ਆ ਕੇ ਇੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇ ਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਸਾਡਾ ਪੁਰਾਣਾ ਪਰਿਵਾਰ ਹੈ ਜੀ ਮੁਖੀਆ ਸਾਹਿਬ ਦੇ ਨਾਲ ਭੈਣ ਜੀ ਦੇ ਨਾਲ ਮੈਂ 2009 ਤੋਂ ਇਹਨਾਂ ਦੀ ਪਹਿਲੀ ਇਲੈਕਸ਼ਨ ਸੀਗੀ ਉਦੋਂ ਦੇ ਅਸੀਂ ਲੱਗੇ ਹੋਏ ਹੈਗੇ ਤੇ ਇਹਨਾਂ ਦੇ ਨਾਲ ਅਸੀਂ ਮੁਖੀਆ ਸਾਹਿਬ ਦੇ ਨਾਲ ਮੈਂ 8 ਸਾਲ ਦਾ ਸੀ ਜੋ ਅਸੀਂ ਕਲਾਸਮੇਟ ਹੈਗੇ ਦੋਸਤੀ ਵੀ ਹੈਗੀ ਇੱਕ ਰਿਸ਼ਤੇਦਾਰੀ ਤੋਂ ਵੀ ਉੱਥੇ ਉੱਠ ਕੇ ਦੋਸਤੀ ਹੈ ਜੀ ਮੇਰਾ ਦੂਜਾ ਸੀਗਾ ਮੇਨ ਮਕਸਦ ਹੈਗਾ ਕਿ ਮੈਂ ਆਪਦੀ ਰੂਹ ਦੀ ਆਵਾਜ਼ ਸੁਣੀ ਕਿਉਂਕਿ ਜਿਹੜਾ ਕਿਸਾਨੀ ਮੁੱਦਾ ਜਿੱਦਾਂ ਪੰਜਾਬ ਦੇ ਸੈਂਟਰ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਇੱਕ ਕੰਧ ਬਣ ਕੇ ਖੜਾ ਹੈਗਾ ਉਹ ਕਿਸਾਨੀ ਮੁੱਦੇ ਦਾ ਜਿਹੜਾ ਹੱਲ ਹੈਗਾ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ ਸੀਗਾ ਤੇ ਜਿਹੜੇ ਮੇਰੇ ਹਲਕੇ ਦੇ ਆਪਦੇ ਮੇਰੇ ਹਲਕੇ ਦੇ ਲੋਕ ਨੇਗੇ ਤੇ ਉਹਨਾਂ ਨੇ ਮੈਨੂੰ
ਬਹੁਤ ਪਿਛਲੇ ਜੋ ਮੈਂ ਬੀਜੇਪੀ ਜੁਆਇਨ ਕੀਤਾ ਸਾਥ ਤਾਂ ਦਿੱਤਾ ਪਰ ਉਹਨਾਂ ਨੇ ਮੈਨੂੰ ਉਦੋਂ ਦਾ ਪ੍ਰੈਸ਼ਰ ਪਾ ਰਹੇ ਨੇਗੇ ਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇਗੀਆਂ ਉਹਨਾਂ ਦੇ ਸਾਹਮਣੇ ਝੁਕਣਾ ਪਿਆ ਤੇ ਭੈਣ ਜੀ ਦੀ ਮਦਦ ਕਰਨ ਵਾਸਤੇ ਅਸੀਂ ਅਕਾਲੀ ਦਲ ਦਾ ਪਲੜਾ ਫੜਿਆ ਗਾ ਤੇ ਹੁਣ ਉਸ ਬਾਅਦ ਅਕਾਲੀ ਦਲ ਚ ਰਹਾਂਗੇ ਤੇ ਇਹਨਾਂ ਦੀ ਜਿਹੜੀ ਜਿੱਤ ਹੈਗੀ ਭੈਣ ਜੀ ਦੀ ਵੱਡੀ ਮਾਰਜਨ ਨਾਲ ਤਲਵੰਡੀ ਸਾਬੋ ਤੋਂ ਵੋਟਾਂ ਵਧਾਵਾਂਗੇ ਤੇ ਗੁਰੂ ਮਹਾਰਾਜ ਮਿਹਰ ਰੱਖਣ ਬਠਿੰਡੇ ਦੇ ਪਾਰਲੀਮੈਂਟ ਦੇ ਚੌਥੀ ਵਾਰੀ ਲਗਾਤਾਰ ਭੈਣ ਜੀ ਨੂੰ ਐਮਪੀ ਬਣਾ ਕੇ ਭੇਜਾਂਗੇ। ਦੇਖੋ ਮੈਂ ਤੁਹਾਨੂੰ ਦੱਸਦਾ ਸੈਂਟਰ ਦੀ ਪਾਰਟੀ ਹੈ ਜੀ, ਸ਼ੇਖਾਵਤ ਸਾਹਿਬ ਨੇ ਮੇਰੇ ਤੇ ਉਦੋਂ ਮੇਰੇ ਰਿਸ਼ਤਾ ਉਹਨਾਂ ਨਾਲ ਵੀ ਬਣਿਆ ਸੀਗਾ, ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ ਜਿਹੜੇ ਮੇਰੇ ਦੋਸਤ ਸੀਗੇ, ਉਹਨਾਂ ਦੇ ਰਾਹੀਂ ਉਦੋਂ ਮੈਨੂੰ ਓਪਰਚੁਨਿਟੀ ਲੱਗੀ ਕਿਵੇਂ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਵੇਂ ਬੀਬਾ ਜੀ ਨੇ ਕਿਹਾ ਕਿ ਜਿਹੜੇ ਕਾਫੀ ਵਾਰੀ ਖੱਬੇ ਸੱਜੇ ਹੋ ਕੇ ਉਹ ਆਏ ਨੇਗੇ ਅਕਾਲੀ ਦਲ ਦੇ ਵਿੱਚ ਆ ਗਏ ਸੀਗੇ, ਉਦੋਂ ਹੁਣ ਫਿਰ ਕਾਂਗਰਸ ਪਾਰਟੀ ਵਿੱਚ ਚਲੇ ਗਏ ਨੇ। ਇਸ ਕਰਕੇ ਮੈਂ ਸੋਚਿਆ ਕਿ ਕਿਉਂਕਿ ਪਿਛਲੇ 13-14 ਸਾਲ ਦਾ ਮੈਂ ਇੱਥੇ ਕੰਮ ਕਰ ਰਿਹਾ ਸੀਗਾ ਤੇ ਉਹਨਾਂ ਦਾ ਪਲੜਾ ਫੜਿਆ, ਉਹਨਾਂ ਨੇ ਇੱਜ਼ਤ ਵੀ ਬਹੁਤ ਦਿੱਤੀ, ਮਾਣ ਇੱਜ਼ਤ ਵੀ ਬਹੁਤ ਦਿੱਤਾ, ਪਰ ਐਂਡ 'ਚ ਆ ਕੇ ਤੁਸੀਂ ਜੇ ਆਪਦੇ ਹਲਕੇ ਦੇ ਆਪਦੇ ਸੂਬੇ ਦੇ ਲੋਕ ਤੁਹਾਡੇ ਨਾਲ ਨਹੀਂ ਹੈਗੇ, ਤੁਹਾਡੇ ਪੱਲੇ ਟੌਰ ਥੱਪਾ ਹੀ ਰਹਿ ਜਾਣਾਗਾ, ਹੋਰ ਤੁਹਾਡੇ ਪੱਲੇ ਕੁਛ ਨਹੀਂ ਪੈਂਦਾ। ਵਿਰੋਧ ਕਰਕੇ ਤਾਂ ਨਹੀਂ ਸੀਗਾ ਕਿਸਾਨੀ ਵਿਰੋਧ ਕਰਕੇ ਸਾਡਾ ਤਾਂ ਇੱਥੇ ਹੋਇਆ ਨਹੀਂ ਜੀ। ਗੁਰੂ ਦੀ ਮਿਹਰ ਨਾਲ ਮੇਰਾ 2022 ਦੀ ਇਲੈਕਸ਼ਨ ਵਿੱਚ ਵੀ ਮੈਂ ਹਲਕੇ ਦੀ ਦਾਤ ਦਿੰਦਾਗਾ ਵੀ ਮੇਰਾ ਪਰਸਨਲ ਵਿਰੋਧ ਵਿਰੋਧ ਹੈਗਾ ਉਹਦੇ ਸਾਹਮਣੇ ਸਾਨੂੰ ਝੁਕਣਾ ਪਿਆ। ਸਿੱਧੂ ਸਾਹਿਬ ਕੀ ਤੁਹਾਡਾ ਪਾਰਟੀ ਤੋਂ ਛੱਡ ਕੇ ਜਾਣ ਬਾਅਦ ਤੁਸੀਂ ਕਰਦਾ ਫਿੱਟਾ ਸੀ ਜਿਵੇਂ ਸਿੱਧੂ ਸੀਗੇ ਜਿਵੇਂ ਤੁਸੀਂ ਹੁਣ ਨਾਂ ਲਿਆ? ਨਹੀਂ ਦੇਖੋ ਮੈਂ ਇੱਕ ਕੋਈ ਇੱਕ ਬੰਦਾ ਰੀਜ਼ਨ ਨਹੀਂ ਬਣਦਾ ਹੁੰਦਾ ਗਾ, ਮੇਰੀ ਰੀਜ਼ਨ ਭੱਠੀ ਬੋਲ ਵਨ ਆਫ ਦ ਮੇਨ ਰੀਜ਼ਨ ਹੈ। ਬੀਬਾ ਜੀ ਨੂੰ ਫੇਰ ਪੁੱਛ ਲਿਓ, ਮੇਰੇ ਤੋਂ ਲੈ ਲਓ, ਇਹਨਾਂ ਨੂੰ ਫੇਰ ਪੁੱਛ ਲਿਓ, ਇਹਨਾਂ ਤਾਂ ਰੋਜ਼ ਪੁੱਛਦੇ ਹੋ ਮੈਨੂੰ ਅੱਜ ਪੱਤਰਵਾ ਲੈਣਗੇ। ਇਹ ਬੀਬਾ ਤੇ ਪਹਿਲਾਂ ਵੀ ਐਮਪੀ ਬਣੇ ਆ ਨਾ, ਉਦੋਂ ਨਾ ਆ ਗਿਆ ਮੇਰਾ ਵੀਰ। ਕਿਸੇ ਨੇ ਜਾ ਕੇ ਵਕਾਲਤ ਕਰਨੀ ਹੁੰਦੀ, ਕਿਸੇ ਨੇ ਜਾ ਕੇ ਕੇਸ ਪੇਸ਼ ਕਰਨਾ ਹੁੰਦਾ, ਔਰ ਉਹ ਕੇਸ ਜੇ ਜਾ ਕੇ ਕਿਸੇ ਨੇ ਵਕਾਲਤ ਕਰਕੇ ਗਲ ਚ ਊਠ ਕਹਿ ਲਓ ਜਾਂ ਮਜਬੂਰ ਕਰਕੇ ਲੋਕਾਂ ਦੇ ਪੱਖ ਚ ਜੇ ਫੈਸਲਾ ਕਰਾਇਆ, ਉਹ ਉਦੋਂ ਹੀ ਹੋਇਆ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਐਮਪੀ ਬਣੇ। ਹੁਣ ਠੀਕ ਹੈ, ਜਿਹੜੇ ਇਹ ਗੱਲ ਕਹਿੰਦੇ ਉਦੋਂ ਤਾੜੀਆਂ ਮਾਰਦੇ ਸੀ ਬੀਬਾ ਦੇ ਨਾਲ ਲੈ ਕੇ, ਮੈਂ ਵੇਖੀ ਆ ਫੋਟੋ। ਹੁਣ ਮਜਬੂਰੀ ਹੈ ਕਿ ਪਾਰਟੀਆਂ ਬਦਲ ਗਏ ਹੋ, ਹੁਣ ਸਵਾਲ ਉਠਾਉਣੇ ਆ, ਲੋਕਾਂ ਦਾ ਕੰਮ ਹੈ ਕਹਿਣਾ, ਕੁਛ ਤਾਂ ਕਹਿਣਗੇ। ਥੈਂਕ ਯੂ।